ਫਾਜ਼ਿਲਕਾ ਦੇ ਰੇਗਰ ਚੌਕ ਦੇ ਵਿੱਚ ਨੈਵਰ ਗਿਵ ਅਪ ਸੰਸਥਾ ਵੱਲੋਂ ਅੱਜ ਬੁੱਧਵਾਰ ਨੂੰ ਮਨਾਇਆ ਗਿਆ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਦਾ ਜਨਮ ਦਿਨ। ਫਾਜ਼ਿਲਕਾ ਦੀ ਨੈਵਰ ਗਿਵ ਅਪ ਸੰਸਥਾ ਵੱਲੋਂ ਅੱਜ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ। ਰੇਗਰ ਚੌਕ ਦੇ ਵਿੱਚ ਮਨਾਏ ਗਏ ਇਸ ਕਾਰਜਕ੍ਰਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਏ, ਜਿਨ੍ਹਾਂ ਵੱਲੋਂ ਬਾਬਾ ਸਾਹਿਬ ਨੂੰ ਨਮਨ ਕੀਤਾ ਗਿਆ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਗੱਲ ਕਹੀ ਗਈ। ਨੈਵਰ ਗਿਵ ਅਪ ਸੰਸਥਾ ਦੇ ਪ੍ਰਧਾਨ ਸੰਨੀ ਸਰੋਵਾ ਦੀ ਅਗਵਾਈ ਦੇ ਵਿੱਚ ਇਹ ਕਾਰਜਕ੍ਰਮ ਆਯੋਜਿਤ ਕੀਤਾ ਗਿਆ, ਜਿਸ ਦੇ ਵਿੱਚ ਪਹੁੰਚੇ ਮੈਂਬਰਾਂ ਅਤੇ ਹੋਰ ਲੋਕਾਂ ਵੱਲੋਂ ਬਾਬਾ ਸਾਹਿਬ ਨੂੰ ਪੁਸ਼ਪ ਚੜਾ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ। ਫਾਜ਼ਿਲਕਾ ਦੇ ਰੇਗਰ ਚੌਕ ਦੇ ਵਿੱਚ ਇਹ ਕਾਰਜਕ੍ਰਮ ਆਯੋਜਿਤ ਕੀਤਾ ਗਿਆ, ਜਿਸ ਦੇ ਵਿੱਚ ਨੈਵਰ ਗਿਵ ਅਪ ਸੰਸਥਾ ਦੇ ਪ੍ਰਧਾਨ ਸੰਨੀ ਸਰੋਵਾ ਵੱਲੋਂ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ ਗਈ। ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ? ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਹੀ ਭਾਰਤ ਵਾਸੀਆਂ ਨੂੰ ਜੈ ਭੀਮ ਤੇ ਜੈ ਭਾਰਤ। ਅੱਜ ਸਾਡੇ ਨੈਵਰ ਗਿਵ ਸੰਸਥਾ ਦੇ ਮਹਾਂ ਮੰਤਰੀ ਮਨੋਜ ਰੇਗਰ ਜੀ ਦੇ ਘਰ ਰੇਗਰ ਚੌਂਕ 'ਤੇ ਸਾਡੇ ਭਾਰਤ ਰਤਨ ਡਾਕਟਰ ਭੀਮ ਰਾਵ ਅੰਬੇਦਕਰ ਜੀ ਦੀ 130ਵੀਂ ਜਿਹੜੀ ਜਯੰਤੀ ਬਣਾ ਰਹੇ ਹਾਂ ਅਤੇ ਪੂਰੇ ਰੇਗਰ ਸਮਾਜ ਦਾ ਵੀ ਸਾਨੂੰ ਸਹਿਯੋਗ ਮਿਲਿਆ ਅਤੇ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਇਸ ਸ਼ੁਭ ਅਵਸਰ 'ਤੇ ਬਹੁਤ ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਅਤੇ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ, ਖਾਸ ਕਰ ਮੇਰੇ ਯੁਵਾ ਸਾਥੀਆਂ ਨੂੰ, ਕਿ ਬਾਬਾ ਸਾਹਿਬ ਦੇ ਦਿਖਾਏ ਹੋਏ ਰਸਤੇ 'ਤੇ ਚੱਲ ਕੇ ਪੜ੍ਹ ਲਿਖ ਕੇ ਆਪਾਂ ਆਪਣੇ ਸਮਾਜ ਅਤੇ ਦੇਸ਼ ਵਾਸਤੇ ਜਿਹੜਾ ਹੈ ਉਹ ਕੰਮ ਕਰੀਏ ਤਾਂ ਕਿ ਸਾਡਾ ਦੇਸ਼ ਅਤੇ ਸਾਡਾ ਸਮਾਜ ਜਿਹੜਾ ਹੈ ਅੱਗੇ ਵੱਧ ਸਕੇ। ਅੱਜ ਜਿਹੜਾ ਇਹ ਪ੍ਰੋਗਰਾਮ ਸਾਰਿਆਂ ਨੂੰ ਜੈ ਭੀਮ ਜੈ ਭਾਰਤ। ਮੈਂ ਜਿਸੇ ਰਾਜ ਡਿਪਾਰਟਮੈਂਟ ਇੰਚਾਰਜ ਨੈਵਰ ਗਿਵ ਸੰਸਥਾ ਫਾਜ਼ਿਲਕਾ ਅਤੇ ਮੈਂ ਇਸ ਸ਼ੁਭ ਅਵਸਰ 'ਤੇ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਮੈਂ ਸਾਰਿਆਂ ਨੂੰ ਯੁਵਾ ਸਾਥੀ ਨੂੰ ਅਪੀਲ ਕਰਦਾ ਹਾਂ ਕਿ ਜਿਵੇਂ ਕਿ ਆਪਣੇ ਸੰਨੀ ਵੱਡੇ ਵੀਰ ਨੇ ਦੱਸਿਆ ਹੈ ਕਿ ਉਹਨਾਂ ਦਿਖਾਏ ਰਸਤੇ ਚੱਲਣਾ ਚਾਹੀਦਾ ਹੈ ਅਤੇ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਨਸ਼ੇ ਨੂੰ ਸਿਹਤ ਉੱਤੇ ਆ ਕੇ ਇੱਕ ਚੰਗੇ ਰਸਤੇ ਇੱਕ ਚੰਗੀ ਲਾਈਨ ਪੜ੍ਹੋ ਅਤੇ ਆਪਣੇ ਦੇਸ਼ ਨੂੰ ਕਾਮਯਾਬ ਕਰੋ।